ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਉਧਿਆਰ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਸਹਿਕਾਰੀ ਬੈਂਕ ਦੇ ਵਿੱਚ ਭਰਤੀ ਦੇ ਰਿਲੇਟਡ ਆ ਚੁੱਕਿਆ ਹੈ ਜੀ ਕਿਹੜੀ ਭਰਤੀ ਹੈ ਕਿੱਦਾਂ ਇਸਦੇ ਲਈ ਅਪਲਾਈ ਹੋਏਗਾ ਕੌਣ-ਕੌਣ ਅਪਲਾਈ ਕਰ ਪਾਏਗਾ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਦਵਾਂਗਾ ਸੋ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਣਾ ਹੈ ਜੀ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂਕਿ ਹਰ ਇੱਕ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣ ਤੇ ਸਮਾਂ ਰਹਿੰਦੇ ਤੁਸੀਂ ਇਧਰ ਵੀ ਅਪਲਾਈ ਕਰ ਪਾਓ ਵੈਕੈਂਸੀ ਜੇ ਅਗਰ ਗੱਲ ਕਰਾਂ ਹੋਰ ਕਈ ਵੈਕੈਂਸੀ ਜਿਹੜੇ ਨੇ ਜੀ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੇ ਹਨ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਵੀ ਚੈੱਕ ਆ ਸਕਦੇ ਹੋ ਉਹਦੇ ਲਈ ਸਿੰਪਲੀ ਤੁਸੀਂ ਟਾਈਪ ਕਰਨਾ ਹੈ ਜੀ ਜਾ ਕੇ Google ਦੇ ਵਿੱਚ meetacademy.xyz ਔਰ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ DDG ਮਿਲ ਜਾਵੇਗੀ ਉਥੋਂ ਤੁਸੀਂ ਜੌਬ ਰਿਲੇਟਿਡ ਅਪਡੇਟਸ ਜਿਹੜੇ ਨੇ ਉਹ ਡੇਲੀ ਬੀਸਿਸ ਤੇ ਲੈ ਸਕਦੇ ਹਾਂ ਅਸੀਂ ਜਿੱਦਾਂ ਹੀ ਆਉਂਦੇ ਉਦਾਂ ਹੀ ਤੁਹਾਨੂੰ ਅਪਡੇਟ ਜਿਹੜੇ ਨੇ ਦੇ ਦੇ ਦਿੰਦੇ ਆ ਆਪਣੀ ਵੈਬਸਾਈਟ ਦੇ ਉੱਪਰ ਔਰ ਤੁਹਾਡੇ ਕੋਲ ਈਮੇਲ ਬਾਕਸ ਦੇ ਵਿੱਚ ਮਿਲ ਜਾਂਦੇ ਨੇ ਤੁਸੀਂ ਚੈੱਕ ਕਰਕੇ ਉੱਥੇ ਅਪਲਾਈ ਵੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਐ ਇਸੇ ਤਰ੍ਹਾਂ ਸਾਰੇ ਅਪਡੇਟ ਲੈਂਦੇ ਰਹਿਣਾ ਤੁਸੀਂ ਔਰ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਆਪਣੀ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰਨਾ ਤਾਂ ਉਹਦੇ ਲਈ ਤੁਹਾਨੂੰ ਜਿਹੜੇ ਜੀ ਰਿਕਰੂ ਜੋ ਜਿਹੜਾ ਸਟੱਡੀ ਮਟੀਰੀਅਲ ਹੈ ਉਹ ਤੁਹਾਡੇ ਕਾਫੀ ਫਾਇਦਾ ਹੋਏਗਾ ਉਹਦੇ ਨਾਲ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕਰ ਦਿੰਦਾ ਜੀ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚ ਵੈਕੈਂਸੀਜ਼ ਦੀ ਤਾਂ ਗਰੁੱਪ B ਦੀਆਂ ਜਿਹੜੇ ਵੈਕੈਂਸੀਜ਼ ਨੇ ਉਹਦੇ ਬਾਰੇ ਵੀ ਸਭ ਤੋਂ ਪਹਿਲਾਂ ਅਸੀਂ ਗੱਲ ਜਿਹੜੀ ਹੈ ਉਹ ਕਰ ਲੈਣੇ ਆ ਇਸ ਦੇ ਵਿੱਚ ਗਰੁੱਪ B ਦੀ ਜਿਹੜੀ ਵੈਕੈਂਸੀਜ਼ ਹੈਗੀਆਂ ਨੇ ਸੀਨੀਅਰ ਮੈਨੇਜਰ ਦੀ ਇੱਕ ਵੈਕੈਂਸੀ ਹੈ ਜੀ ਉਸ ਤੋਂ ਬਾਅਦ ਮੈਨੇਜਰ ਪ੍ਰੋਫਾਈਲ ਦੇ ਲਈ 28 ਵ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਸਭ ਤੋਂ ਵੱਧ ਪੋਸਟ ਆਈਡੀਆਂ ਨੇ ਆਊਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ 738 ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਇਸ ਦੇ ਇਸ ਟੈਨੋਟਾਈਪਿਕਸ ਦੀਆਂ ਵੈਕੈਂਸੀਸ ਜਿਹੜੀਆਂ ਨੇ ਜੀ ਉਹ ਸੱਤ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ppsc.gov.in ਦੀ ਵੈਬਸਾਈਟ ਤੇ ਤੁਹਾਨੂੰ ਜਿਹੜੀ ਹੈ ਇਹਦੇ ਲੋ ਜਾਣਕਾਰੀ ਮਿਲੇਗੀ ਤੇ ਇਸ ਦੇ ਵਿੱਚ ਸਬੋਡੀਨਰੀ ਸਰਵਿਸ ਇਲੈਕਸ਼ਨ ਬੋਰਡ triplespbpunjab.gov.in ਤੇ ਵੀ ਜਿਹੜੀਆਂ ਵੈਕੈਂਸੀਸ ਨੇ ਗਰੁੱਪ ਸੀ ਦੀਆਂ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਸ ਦੇ ਵਿੱਚ ਨੰਬਰ ਆਫ ਵੈਕੈਂਸੀ ਜਿਹੜੇ ਨੇ ਘਟਾਈਆਂ ਜਾਂ ਵਧਾਈਆਂ ਵੀ ਜਾ ਸਕਦੀਆਂ ਨੇ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਗਰੁੱਪ ਬੀ ਦੀਆਂ ਜਿਹੜੀਆਂ ਨੇ ਸੀਨੀਅਰ ਮੈਨੇਜਰ ਦੀਆਂ ਵੈਕੈਂਸੀ ਉਹ ਇੱਕ ਜ ਪ੍ਰੋਫਾਈਲ ਦੇ ਲਈ ਹੋਏਗੀ ਜੀ ਜਿਹੜੇ ਜਨਰਲ ਕੈਟਾਗਰੀ ਵਾਲੇ ਹੈਗੇ ਨੇ ਨੈਕਸਟ ਅਗਰ ਗੱਲ ਕਰਾਂ ਇਸ ਦੇ ਵਿੱਚ ਮੈਨੇਜਰ ਪ੍ਰੋਫਾਈਲ ਦੇ ਲਈ ਉਹਨਾਂ ਨੇ ਅਲੱਗ-ਅਲੱਗ ਬਾਇਫਰਕੇਸ਼ਨ ਕੀਤੀ ਹੋਈ ਹੈ ਜਿਸ ਦੇ ਵਿੱਚ ਔਮਨ ਦੇ ਲਈ ਜਿਹੜੀ ਹੈ ਜਿੱਦਾਂ ਤੁਹਾਨੂੰ ਪਤਾ ਸੀਗਾ ਕਿ ਰਿਜ਼ਰਵੇਸ਼ਨ ਰੱਖੀ ਹੋਈ ਹੈ ਜੀ ਆਲਰੇਡੀ ਉਹ ਸੇਮ ਇਦਾਂ ਹੀ ਇਹਨਾਂ ਨੇ ਰੱਖੀ ਹੋਈ ਹੈ ਬਾਇਫਰਕੇਟ ਉਹਨਾਂ ਨੇ ਕੀਤੀ ਹੋਈ ਹੈ ਤੁਸੀਂ ਆਪਣੀ ਜਿਹੜੀ ਵੀ ਤੁਹਾਡੀ ਜਿਹੜੀ ਵੀ ਤੁਸੀਂ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਉਸ ਕੈਟਾਗਰੀ ਦੇ ਅਕੋਰਡਿੰਗਲੀ ਚੈੱਕ ਕਰ ਸਕਦੇ ਹੋ ਜਿੱਦਾਂ ਕਿ ਉਹਨਾਂ ਨੇ ਲਿਖਿਆ ਹੀ ਹੋਇਆ ਜਨਰਲ ਦੇ ਲਈ 11 ਜਨਰਲਲੀ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ 2 ਐਕਸਰਿਸਮੈਨ ਫਰੀ ਜਿਹੜੇ ਹੇアリング ਵਾਲੇ ਕੈਂਡੀਡੇਟ ਨੇ ਉਹਨਾਂ ਲਈ ਲੋਕੋਮੋਟਿਵਿਟੀ ਸੇਬਿਲਿਟੀ ਵਾਲੇ ਕੈਂਡੀਡੇਟ ਨੇ ਉਹਨਾਂ ਲਈ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਲਈ ਵੀ ਇਹਨਾਂ ਨੇ ਜਿਹੜੀਆਂ ਵੈਕੈਂਸੀਸ ਨੇ ਉਹਨਾਂ ਨੂੰ ਬਾਇਫ੍ਰਿਕਟ ਜਿਹੜਾ ਜੀ ਕੀਤਾ ਹੋਇਆ ਹੈ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ ਜਿਹੜੇ ਗਰੁੱਪ ਸੀ ਦੀਆਂ ਵੈਕੈਂਸੀਸ ਨੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ ਵੈਕੈਂਸੀਸ ਨੇ ਜਿਹੜੇ ਕਿ ਇਹਨਾਂ ਨੇ ਮੈਂਸ਼ਨ ਇੱਥੇ ਕੀਤੇ ਹੋਈਆਂ ਨੇ ਸੋ ਤੁਸੀਂ ਚੈੱਕ ਕਰ ਹੀ ਪਾ ਰਹੇ ਹੋ ਸੋ ਇਹਦੇ ਲਈ ਮੈਂ ਪੀਡੀਐਫ ਜਿਹੜੀ ਹੈ ਜੀ ਤੁਹਾਨੂੰ ਦੇ ਦੇਵਾਂਗਾ ਸਟੈਨੋ ਵੂਮੈਂ ਦੇ ਲਈ ਨੇ ਇਹ ਨੋਟੀਫਿਕੇਸ਼ਨ ਜਿਹੜਾ ਇਹ ਚ ਉਹਨਾਂ ਨੇ ਨੋਟਿਸ ਜਿਹੜਾ ਜਾਰੀ ਕੀਤਾ ਹੈ ਜੋ ਕਿ ਪੰਜਾਬ ਸਟੇਟ ਕੋਰਪੋਰੇਟਿਡ ਬੈਂਕ ਲਿਮਟਿਡ ਵੱਲੋਂ ਜਿਹੜੀ ਰਿਕਰੂਟਮੈਂਟ ਹੈ ਉਹ ਜਲਦੀ ਸਟਾਰਟ ਹੋ ਜਾਵੇਗੀ ਸੋ ਇਸ ਦੇ ਰਿਲੇਟਿਡ ਤੁਹਾਨੂੰ ਸਾਰੇ ਅਪਡੇਟ ਇਹਨਾਂ ਦੀ ਵੈਬਸਾਈਟ ਤੇ ਮਿਲ ਜਾਣਗੇ ਬਾਕੀ ਮੈਂ ਜਦੋਂ ਵੀ ਆਊਟ ਹੋਣਗੇ ਮੈਂ ਜਿੱਦਾਂ ਨੋਟੀਫਿਕੇਸ਼ਨ ਆਫੀਸ਼ੀਅਲੀ ਆਊਟ ਹੋਏਗਾ ਮੈਂ ਤੁਹਾਨੂੰ ਜ਼ਰੂਰ ਇਹ ਦੇ ਰਿਲੇਟਿਡ ਲਿੰਕ ਦੇ ਦਵਾਂਗਾ ਔਰ ਵੀਡੀਓ ਬਣਾ ਕੇ ਅਪਲਾਈ ਕਰਨ ਦਾ ਪ੍ਰੋਪਰ ਜਿਹੜਾ ਪ੍ਰੋਸੈਸ ਹੈ ਉਹ ਵੀ ਡਿਸਕਸ ਕਰ ਦਵਾਂਗਾ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਏਗਾ ਤੁਸੀਂ ਉਹਨੂੰ ਪੋਸ ਗ੍ਰੈਜੂਏਸ਼ਨ ਵਾਲੇ ਸੋ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਪੱਕੀ ਰੱਖਣਾ ਸੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਨਵੇਂ ਨਵੇਂ ਅਪਡੇਟਸ ਢਿਨੇ ਲੈ ਕੇ ਆਂਦਾ ਹੀ ਰਵਾਂਗਾ ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਜੀ ਇਸ ਅਪਡੇਟ ਦੇ ਲਈ ਮਿਲਾਂਗਾ ਜੀ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ